ਦਾ ਦਾਦੀ ਨਾਲ ਗਿਆ ਸੀ ਉਹਨਾਂ ਦੀ ਡੈਥ ਹੋਈ ਰਿਸ਼ਤੇਦਾਰਾਂ ਦੀ ਮੰਮੀ ਦਾ ਭਣੇਵਾ ਸੀ ਉੱਥੋਂ ਵਾਪਸ ਆਉਣ ਦਿਆ ਸੀ ਅਤੇ ਕੈਰੋਂ ਦੇ ਕਿਲੋਮੀਟਰ ਦੇ ਪਿੱਛੇ ਹੀ ਅਗਵਾ ਕਰ ਲਿਆ मामला तरन तारण के पट्टी अधीन आउंदे पिंड कैरों दा है जिथे मोटरसाइकिल ते आए दो बदमाशां वल्लों दादा दादी दे हत्थों 9 महीने दा पोता अगवा कर लिया गया। पिछा कर रहे मोटरसाइकिल सवारां दी सीसीटीवी तस्वीरां भी सामने आईयां ने ते इस दौरान बदमाशां वल्लों दादी दी कुटमार भी कर दित्ती गई जिस तों बाद वो हस्पताल च जेरे इलाज है। इस संबंधी बच्चे की माँ ने दस्सिया कि उसके सस ते सहुरा भिखी पिंड तों अपने पिंड कैरों आ रहे सी तां मोटरसाइकिल ते आए बदमाश उसके पुत करनपाल सिंह नूं खो के अपने नाल लै गए जिस च मां वल्लों मदद की गुहार लगाई गई है। ਪੰਜ ਕੀ ਨਾਮ ਹੈ ਤੁਹਾਡਾ? ਸੰਦੀਪ ਕੌਰ। ਸੰਦੀਪ ਕੌਰ, ਜਿਹੜਾ ਲੜਕਾ ਇੱਕ ਗਵਾਹ ਕੀਤਾ ਗਿਆ ਹੈ ਉਹ ਕੀ ਨਾਮ ਹੈ ਉਹਦਾ? ਕਰਨਪਾਲ ਸਿੰਘ। ਕਿੱਦਾਂ ਗਵਾਹ ਕੀਤਾ ਗਿਆ ਉਹਨੂੰ? ਦਾਦੇ ਦਾਦੀ ਨਾਲ ਗਿਆ ਸੀ ਉਹਨਾਂ ਦੀ ਡੈਥ ਹੋਈ ਰਿਸ਼ਤੇਦਾਰਾਂ ਦੀ ਮੰਮੀ ਦਾ ਭਣੇਵਾ ਸੀ ਉੱਥੋਂ ਵਾਪਸ ਆਉਣ ਦਿਆ ਸੀ ਅਤੇ ਕੈਰੋਂ ਦੇ ਕਿਲੋਮੀਟਰ ਦੇ ਪਿੱਛੇ ਹੀ ਅਗਵਾ ਕਰ ਲਿਆ ਗਿਆ। ਕਿੰਨੇ ਕੁ ਵਜੇ ਦੀ ਗੱਲ ਹੈ? ਕੱਲ 3:40 ਦੀ। ਤੇ ਕੋਈ ਪਤਾ ਲੱਗਾ ਹੁਣ ਤੱਕ? ਕੋਈ ਅਜੇ ਨਹੀਂ, ਕੋਈ ਪਤਾ ਨਹੀਂ ਲੱਗਾ। ਥਾਣੇ ਇਤਲਾਹ ਦਿੱਤੀ ਇਸ ਮਾਮਲੇ ਦੀ? ਹਾਂਜੀ। ਬੱਚੇ ਦਾ ਨਾਮ ਕੀ ਸੀਗਾ? ਕਰਨਪਾਲ ਸਿੰਘ। ਅੱਛਾ, ਤੇ ਹੁਣ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਹੋਵੇ? ਕਿਸੇ ਤੇ ਨਹੀਂ, ਕੋਈ ਸ਼ੱਕ ਨਹੀਂ ਸਾਨੂੰ। ਕੀ ਮੰਗ ਕਰਦੇ ਜੋ? ਅਸੀਂ ਮੰਗ ਕਰਦੇ ਆ ਵੀ ਮੇਰਾ ਬੱਚਾ ਜਲਦ ਜਲਦ ਮੈਨੂੰ ਮਿਲੇ। ਬੜਾ ਸਰਫੇ ਦਾ ਮੇਰਾ ਬੱਚਾ ਵਾ, 6 ਕੁੜੀਆਂ ਤੋਂ ਹੋਇਆ ਵਾ। ਬੜਾ ਤਰਸ ਤਰਸ ਕੇ ਲਿਆ ਮੈਂ। ਬਹੁਤ ਜ਼ਿਆਦਾ ਜੀ। ਹਾਂ, ਮੇਰੀ ਇਹੀ ਬੇਨਤੀ ਆ ਮੈਨੂੰ ਜਲਦ ਤੋਂ ਜਲਦ ਮੇਰਾ ਬੱਚਾ ਮਿਲੇ। ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਮਾਂ ਦਿਹਾੜੀ ਤੇ ਝੋਨਾ ਲਾਉਣ ਗਈ ਸੀ ਤੇ ਪਿਓ ਡਰਾਈਵਰ ਹੋਣ ਕਾਰਨ ਪੋਤਾ ਆਪਣੇ ਦਾਦਾ ਦਾਦੀ ਦੇ ਨਾਲ ਸੀ ਤੇ ਰਿਸ਼ਤੇਦਾਰੀ ਵਿੱਚੋਂ ਭਿੱਖੀ ਪਿੰਡ ਤੋਂ ਕੈਰੋਂ ਆ ਰਹੀ ਸੀ ਤਾਂ ਪਿੰਡ ਤੋਂ ਮੀਲ ਕੁ ਪਹਿਲਾਂ ਮੋਟਰਸਾਈਕਲ ਤੇ ਆਏ ਬਦਮਾਸ਼ਾਂ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ। ਹਾਂਜੀ ਭਾਜੀ, ਕੀ ਨਾਮ ਹੈ? ਜਰਨੈਲ ਸਿੰਘ, ਮੈਂਬਰ ਪੰਚਾਇਤ ਕੈਰੋਂ। ਇੱਕ ਕੈਰੋਂ ਦੇ ਵਿੱਚ ਵਾਰਦਾਤ ਵਾਪਰਦੀ ਆ ਵੀ ਕੋਈ 8-9 ਮਹੀਨੇ ਦਾ ਬੱਚਾ ਜਿਹੜਾ ਗਵਾਹ ਕਰਕੇ ਲੈ ਜਾਂਦੇ, ਕੀ ਮਾਮਲਾ ਸਰ? ਉਹ ਸਾਰਾ ਮਾਮਲਾ ਇਹ ਆ ਜੀ, ਉਹ ਦਾਦਾ ਦਾਦੀ ਦੇ ਨਾਲ ਸੀ ਜੀ ਤੇ ਮਾਤਾ ਉਹਨਾਂ ਦੀ ਵਿਚਾਰੀ ਝੋਨਾ ਲਾਉਣ ਗਈ ਸੀ ਦਿਹਾੜੀ ਦਾ ਪਾ ਕਰਦੇ ਤੇ ਪਿਤਾ ਉਹਦਾ ਗੱਡੀ 'ਤੇ ਆ, ਟਰੱਕ ਡਰਾਈਵਰ ਆ ਤੇ ਉਹ ਮਾਤਾ ਉਹਨਾਂ ਦੇ ਨਾਲ ਭਿੱਖੀ ਪਿੰਡ ਕੋਈ ਮਰਗ ਹੋਈ ਸੀ ਉੱਥੇ ਗਏ ਸੀ ਅਤੇ ਉੱਥੋਂ 3:30 ਦੇ ਕਰੀਬ 3:40 ਦੇ ਇੱਥੇ ਪਿੰਡ ਨੂੰ ਆ ਰਹੇ ਕੈਰੋਂ ਨੂੰ ਭਿੱਖੀ ਪਿੰਡ ਤੋਂ ਅਤੇ ਪਿੰਡ ਦੇ ਲਾਗੇ ਹੀ ਆਣ ਕੇ ਬਿਲਕੁਲ ਕਰਨੌਲੀਆਂ ਦੇ ਨਾਲ ਉੱਥੇ ਆਣ ਕੇ ਪਿੱਛੋਂ ਬੰਦੇ ਆਏ ਆ, ਉਹਨਾਂ ਬੱਚਾ ਖੋਇਆ ਵਾ। ਜਦੋਂ ਮਾਤਾ ਨੇ ਬੱਚਾ ਨਹੀਂ ਛੱਡਿਆ, ਉਹਨਾਂ ਉਹਦੀ ਕੁੱਟਮਾਰ ਕੀਤੀ ਆ, ਦੰਦ ਦੁੰਦ ਤੋੜੇ ਆ, ਬੁੱਲ ਪੱਲ ਪੱਟੇ ਸਾਰੇ ਅਤੇ ਹਸਪਤਾਲ ਦਾਖਲ ਆ ਉਹ, ਸਿਵਲ ਹਸਪਤਾਲ। ਇੱਥੋਂ ਉਹਨਾਂ ਜਵਾਬ ਦੇ ਤਾਂ ਮੁੜ ਕੇ ਅਸੀਂ ਤਰਨ ਤਰਨ ਖੜੀਏ, ਉੱਥੇ ਦਾਖਲ ਕਰਾਈ ਆ। ਬਹੁਤ ਹੀ ਮਾੜੀ ਘਟਨਾ ਜੀ, ਅਤੇ 5-6 ਕੁੜੀਆਂ ਤੋਂ ਬਾਅਦ ਉਹਨਾਂ ਵਿਚਾਰੇ ਬੱਚਾ ਮੁੱਲ ਲੈਣ ਵਾਲੀ ਗੱਲ ਸੀ ਅਤੇ ਬਹੁਤ ਧੱਕਾ ਆ ਇਹਦਾ ਜਿਹੜਾ ਵਾ। ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ, ਸਰਕਾਰ ਤੋਂ, ਸਾਰੀਆਂ ਟੀਮਾਂ ਤੋਂ ਮੰਗ ਕਰਦੇ ਹਾਂ ਕਿ ਇਹਦਾ ਜਿਹੜਾ ਵਾ ਜਲਦ ਤੋਂ ਜਲਦ ਬੱਚਾ ਲੱਭ ਕੇ ਇਹਨਾਂ ਨੂੰ ਵਿਚਾਰਿਆਂ ਨੂੰ, ਦਿਹਾੜੀ ਧੱਪੇ ਵਾਲੇ ਬੰਦੇ ਆ, ਗਰੀਬ ਪਰਿਵਾਰ ਆ, ਇਹਨਾਂ ਨੂੰ ਬੱਚਾ ਜਿਹੜਾ ਸੌਂਪਿਆ। ਗੌਰਤਲਬ ਹੈ ਕਿ ਇਸ ਮਾਮਲੇ 'ਚ ਹਾਲੇ ਪੁਲਿਸ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ, ਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ 'ਚ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਸੂਮ ਬੱਚੇ ਨੂੰ ਪਰਿਵਾਰ ਦੇ ਨਾਲ ਮਿਲਾਉਂਦੀ ਹੈ। ਤਰਨ ਤਾਰਨ ਤੋਂ ਰਵੀ ਖਹਿਰਾ, ਪੰਜਾਬੀ ਲੋਕ ਚੈਨਲ।